ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਂ ਪ੍ਰੀਤ ਮਹਿੰਦਰ ਸਿੰਘ ਬੇਦੀ ਹੈ। ਮੈਂ ਡੀਨ ਸਟੂਡੈਂਟ ਵੈਲਫੇਅਰ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ। ਸੋ ਯੂਥ ਫੈਸਟੀਵਲ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਓਵਰਆਲ ਡਿਵੈਲਪਮੈਂਟ ਵਾਸਤੇ ਬੜਾ ਹੀ ਜ਼ਰੂਰੀ ਹੈ। ਸੋ ਸਟੂਡੈਂਟਸ ਦੀ ਓਵਰਆਲ ਡਿਵੈਲਪਮੈਂਟ ਸਾਡਾ ਇੱਕ ਮੁੱਖ ਟੀਚਾ ਵੀ ਹੈ। ਸੋ ਇਹਨਾਂ ਵਿਊਜ਼ ਨੂੰ ਲੈ ਕੇ ਸਾਡੇ ਵਾਈਸ ਚਾਂਸਲਰ ਸਾਹਿਬ ਦੀ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਅੱਜ ਜਸ਼ਨ 2024 ਜਿਹੜਾ ਵੈ ਦਸ਼ਮੇਸ਼ ਆਡੀਟੋਰੀਅਮ 'ਚ ਉਹਦਾ ਇਨੋਗਰੇਸ਼ਨ ਹੋ ਗਿਆ ਵੈ। ਅੱਜ ਤੋਂ ਇਹ ਜਿਹੜਾ ਜਸ਼ਨ ਹੈ ਜਿਹੜਾ ਇਹ ਸ਼ੁਰੂ ਹੋ ਗਿਆ ਵੈ। ਅਤੇ ਅੱਜ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਿੱਚ ਮੇਜਰ ਜਨਰਲ ਮੁਕੇਸ਼ ਸ਼ਰਮਾ ਜਿਹੜੇ ਅੰਮ੍ਰਿਤਸਰ ਕੈਂਟ ਤੋਂ ਆਏ ਨੇ, ਉਹਨਾਂ ਨਾਲ ਉਹਨਾਂ ਦੇ ਜਿੰਨੇ ਵੀ ਆਫਿਸਰ ਸਾਹਿਬਾਨ ਨੇ, ਬ੍ਰਿਗੇਡੀਅਰ ਸਾਹਿਬ, ਕਰਨਲ ਸਾਹਿਬ, ਉਹ ਵੀ ਨਾਲ ਆਏ ਨੇ। ਸੋ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਸਾਡੇ ਇਤਿਹਾਸ 'ਚ ਪਹਿਲੀ ਵਾਰੀ ਯੂਨੀਵਰਸਿਟੀ ਦੇ ਇਤਿਹਾਸ 'ਚ ਹੈ ਕਿ ਸਾਡਾ ਜਿਹੜਾ ਜਸ਼ਨ ਪ੍ਰੋਗਰਾਮ ਹੈ ਮੇਜਰ ਜਨਰਲ ਸਾਹਿਬ ਵੱਲੋਂ ਇਹਨੂੰ ਇਨੋਗਰੇਟ ਕੀਤਾ ਜਾ ਗਿਆ ਵੈ। ਸੋ ਅਸੀਂ ਵਾਈਸ ਚਾਂਸਲਰ ਸਾਹਿਬ ਦੇ ਬੜੇ ਹੀ ਧੰਨਵਾਦੀ ਹਾਂ। ਉਹਨਾਂ ਨੇ ਹਮੇਸ਼ਾ ਹੀ ਸਾਨੂੰ ਇੰਸਪੀਰੇਸ਼ਨ ਦਿੱਤਾ ਵੈ, ਮੋਟੀਵੇਸ਼ਨ ਕੀਤਾ ਵੈ, ਅਤੇ ਅੱਜ ਅਸੀਂ ਇਸ ਮੁਕਾਮ 'ਤੇ ਆ ਗਏ ਹਾਂ। ਸੋ ਜਨਰਲ ਸਾਹਿਬ ਨੇ ਵੀ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਜੀ। ਉਹਨਾਂ ਨੇ ਵੀ ਬੱਚਿਆਂ ਨੂੰ ਮੋਟੀਵੇਟ ਕੀਤਾ। ਸੋ ਦੇਸ਼ ਦੇ ਲਈ ਕੁਛ ਕਰਨ ਦਾ ਜਜ਼ਬਾ ਜਿਹੜਾ ਹੈ, ਇਹ ਇੱਕ ਬਹੁਤ ਜ਼ਰੂਰੀ ਸਾਡੇ ਸਾਰਿਆਂ ਦੇ ਵਿੱਚ ਹੈ। ਸੋ ਜਨਰਲ ਸਾਹਿਬ ਨੇ ਵੀ ਇਹੋ ਵਿਊਜ਼ ਦਿੱਤੇ ਅਤੇ ਉਹ ਬਿਲਕੁਲ ਦਸ਼ਮੇਸ਼ ਆਡੀਟੋਰੀਅਮ 'ਚ ਆ ਕੇ ਐਡੇ ਖੁਸ਼ ਹੋਏ। ਉਹਨਾਂ ਦੇ ਨਾਲ ਉਹਨਾਂ ਦੇ ਬੈਟਰ ਆਫ ਮਿਸਿਸ ਜੀ ਓ ਸੀ ਰਕੇਸ਼ ਸ਼ਰਮਾ, ਇਸ ਤਰ੍ਹਾਂ ਹੀ ਬਾਕੀ ਸਾਰਿਆਂ ਦੇ ਬ੍ਰਿਗੇਡੀਅਰ ਸਾਹਿਬ ਦੇ, ਬ੍ਰਿਗੇਡੀਅਰ ਰਵਿੰਦਰ, ਕਰਨਲ ਥੋਮਸ ਜੌਨ, ਕਰਨਲ ਸੰਦੀਪ ਸ਼ਰਮਾ, ਕਰਨਲ ਮਿਲਨ ਪਾਂਡੇ, ਇਹ ਸਾਰੇ ਆਫਿਸਰ ਸਾਹਿਬਾਨ ਵੀ ਆਪਣੇ ਬੈਟਰ ਆਫ ਨਾਲ ਅੱਜ ਇੱਥੇ ਦਸ਼ਮੇਸ਼ ਆਡੀਟੋਰੀਅਮ 'ਚ ਆਏ ਸੀ। ਅਤੇ ਇੰਝ ਲੱਗ ਰਿਹਾ ਸੀ ਕਿ ਫੌਜ ਦੇ ਜਿਹੜੇ ਪੈਂਥਰ ਡਿਵੀਜ਼ਨ ਦੇ ਸਾਰੇ ਹੀ ਮੁੱਖ ਅਫਸਰ ਸਾਡੇ ਜਸ਼ਨ 2024 'ਚ ਉਹ ਇੱਥੇ ਉਪਸਥਿਤ ਹੋਏ ਨੇ। ਬੜਾ ਅੱਛਾ ਮਾਹੌਲ ਸੀ। ਜਨਰਲ ਸਾਹਿਬ ਨੇ ਬਹੁਤ ਤਾਰੀਫ ਕੀਤੀ, ਯੂਨੀਵਰਸਿਟੀ ਕੈਂਪਸ ਦੀ ਬਹੁਤ ਤਾਰੀਫ ਕੀਤੀ। ਫਿਰ ਉਹਨਾਂ ਨੇ ਜੋ ਸਾਡੀ ਯੂਨੀਵਰਸਿਟੀਆਂ ਦੀਆਂ ਅਸੀਂ ਜਦੋਂ ਤੁਹਾਨੂੰ ਦੱਸੀਆਂ ਕਿ ਉਪਲਬਧੀਆਂ ਨੇ, ਜਿਵੇਂ ਕਿ ਨੈਕ ਦਾ ਸਾਡਾ ਜਿਹੜਾ ਏ ਡਬਲ ਪਲੱਸ ਜਿਹੜਾ ਗ੍ਰੇਡ ਆਇਆ, ਤੋ ਜਿਵੇਂ ਅਸੀਂ ਮਾਕਾ ਟਰੋਫੀ ਵੀ 25ਵੀਂ ਵਾਰੀ ਲਈ ਹੈ, ਇਸ ਤਰ੍ਹਾਂ ਹੀ ਸਾਡਾ ਐਗਰੀਕਲਚਰ ਦਾ ਜਿਹੜਾ ਕੈਰੀ ਸੈਂਟਰ ਹੈ ਉਹ ਵੀ ਅਸੀਂ ਪਿਛਲੇ ਕੁਛ ਸਾਲਾਂ ਤੋਂ ਸ਼ੁਰੂ ਕੀਤਾ। ਸੋ ਆਲਮੋਸਟ ਪਿਛਲੇ 6-7 ਸਾਲਾਂ ਤੋਂ ਜਿੰਨੀ ਹਿਸਟੋਰਿਕ ਡਿਵੈਲਪਮੈਂਟ ਸਾਡੀ ਯੂਨੀਵਰਸਿਟੀ ਦੇ ਵਿੱਚ ਹੋਈ ਹੈ, ਮੈਂ ਤਾਂ ਇਹਦਾ ਸਾਰਾ ਸ਼੍ਰੇਅ ਸਾਡੇ ਵਿਜ਼ਨਰੀ ਜਿਹੜੇ ਸਾਡੇ ਲੀਡਰ ਨੇ, ਸਾਡੇ ਵਾਈਸ ਚਾਂਸਲਰ ਸਾਹਿਬ ਨੇ, ਉਹਨਾਂ ਦੀ ਸੋਚ 'ਤੇ ਜਾਂਦਾ ਵੈ। ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ, ਸਾਰੇ ਟੀਚਰਸ ਨੂੰ, ਨੋਨ ਟੀਚਿੰਗ ਸਟਾਫ, ਫੈਕਲਟੀ, ਸਟੂਡੈਂਟਸ ਨਾਲ ਉਹਨਾਂ ਨੇ ਬੜਾ ਮੋਟੀਵੇਸ਼ਨ ਰਹੀ ਹੈ। ਸੋ ਮੈਂ ਜਨਰਲ ਸਾਹਿਬ ਨੂੰ ਦੱਸ ਰਿਹਾ ਸੀ ਕਿ ਇਹ ਸਾਡੇ ਵਾਈਸ ਚਾਂਸਲਰ ਸਾਹਿਬ ਇੱਕ ਇਹੋ ਜਿਹੀ ਸ਼ਖਸੀਅਤ ਨੇ, ਕਦੀ ਬੱਚਿਆਂ ਤੋਂ ਮਿਲਣ ਤੋਂ ਉਹਨਾਂ ਨੇ ਗੁਰੇਜ਼ ਨਹੀਂ ਕੀਤਾ, ਸਗੋਂ ਬੱਚਿਆਂ ਨੂੰ ਆਪ ਉਹ ਬੁਲਾ ਕੇ, ਮੇਰਾ ਖਿਆਲ 1 ਜਾਂ 2 ਦਿਨ ਉਹਨਾਂ ਨੇ ਫਿਕਸ ਕੀਤੇ ਹੋਏ ਨੇ ਆਪਣੇ ਆਫਿਸ ਦੇ ਵਿੱਚ। ਵੱਖ ਵੱਖ ਕਲਾਸਾਂ ਤੋਂ ਬੱਚੇ ਆਉਂਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਨੇ, ਅਤੇ ਜਿਹੜੀ ਚੀਜ਼ ਉਸੇ ਵੇਲੇ ਹੋਣ ਵਾਲੀ ਹੁੰਦੀ ਹੈ ਉਹ ਉਸੇ ਵੇਲੇ ਉਹਨਾਂ ਨੂੰ ਉਹਨੂੰ ਰੈਕਟੀਫਾਈ ਕਰ ਦਿੰਦੇ ਨੇ, ਉਸੇ ਵੇਲੇ ਸੋਲਵ ਕਰ ਦਿੰਦੇ ਨੇ। ਸੋ ਬੜਾ ਅੱਛਾ ਹੈ ਜੀ, ਯੂਨੀਵਰਸਿਟੀ ਦਾ ਮਾਹੌਲ ਚੱਲ ਰਿਹਾ ਵੈ। ਇਹ 4 ਦਿਨ ਦਾ ਫੰਕਸ਼ਨ ਹੈ ਜੀ। ਅੱਜ ਭੰਗੜਾ ਵੈ, ਭੰਗੜੇ ਦੇ ਨਾਲ ਗੀਤ ਗਜ਼ਲ ਹੈ, ਫੋਕ ਸੌਂਗ ਹੈ,
ਇਹ ਦਸਮੇਸ਼ ਆਡੀਟੋਰੀਅਮ 'ਚ ਹੋ ਰਿਹਾ। ਇਸ ਤਰ੍ਹਾਂ ਹੀ 4 ਦਿਨ ਦਾ ਅਗਲਾ ਪ੍ਰੋਗਰਾਮ ਵੀ ਉਲੀਕਿਆ ਗਿਆ। ਸੋ ਮੈਂ ਆਪਣੇ ਸਾਰੇ ਵਿਦਿਆਰਥੀਆਂ ਨੂੰ ਕਹਿੰਦਾ ਕਿ ਬਿਲਕੁਲ ਉਤਸ਼ਾਹਿਤ ਹੋ ਕੇ ਬਿਲਕੁਲ ਇਹ ਪਾਰਟੀਸਪੇਟ ਕਰਨ, ਅਤੇ ਤਾਂ ਕਿ ਉਹ ਪੂਰੇ, ਕਿਉਂਕਿ ਇਹ ਜਿਹੜਾ ਹੁਣ ਅਕੈਡਮਿਕ ਈਅਰ ਦਾ ਇੱਕ ਲਾਸਟ ਇਹ ਸਾਡਾ ਕਲਚਰਲ ਫੈਸਟੀਵਲ ਹੈ, ਇਸ ਤੋਂ ਬਾਅਦ ਬੱਚਿਆਂ ਦੇ ਪੇਪਰ ਆ ਜਾਣੇ ਜੀ। ਸੋ ਇਹ ਪੂਰਾ ਹੀ ਤਰ੍ਹਾਂ ਆਪਣੇ ਆਪ ਨੂੰ ਇੰਜੋਏ ਕਰਨ 4 ਦਿਨ, ਬਿਲਕੁਲ ਜਿੱਦਾਂ ਇਹਨਾਂ ਨੇ ਆਪਣਾ ਇੱਥੇ ਭੰਗੜਾ ਗਿੱਧਾ ਜੋ ਗੀਤ ਗਾਣੇ ਨੇ ਆਪਣਾ ਗਾਣ। ਸੋ ਮੈਂ ਇੰਨਾ ਹੀ ਵਿਚਾਰਾਂ ਦੇ ਨਾਲ ਤੁਹਾਡਾ ਵੀ ਬਹੁਤ ਥੈਂਕਸ ਕਰਦਾ ਕਿ ਤੁਸੀਂ ਮੀਡੀਆ ਪਰਸਨ ਸਾਡੇ ਇੱਥੇ ਆਡੀਟੋਰੀਅਮਸ 'ਚ ਆ ਕੇ ਸਾਡੀ ਜਿਹੜੀ ਹੈ ਜਿੰਨੀ ਵੀ ਪ੍ਰੈਸ ਰਿਲੀਜ਼ਿਜ਼ ਆ ਉਹਨਾਂ ਨੂੰ ਤੁਸੀਂ ਕਵਰ ਕਰਦੇ ਹੋ, ਉਹਨਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹਨਾਂ ਨੂੰ ਕਵਰ ਕਰਦੇ ਹੋ। ਸੋ ਵਿਦ ਦੀਜ਼ ਵਰਡਸ ਥੈਂਕ ਯੂ ਵੈਰੀ ਮੱਚ।